ਸੋ ਹੁਣ ਅਸੀਂ ਗੱਲ ਕਰਦੇ ਹਾਂ ਡੀਐਸਪੀ ਸਰਬਜੀਤ ਰਾਏ ਜੀ ਨਾਲ, ਉਹ ਵੀ ਇੱਥੇ ਪਹੁੰਚੇ ਆ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਬਿੰਦੂ ਜੋਹਲ ਤੇ ਬਾੜਾ ਪਰਿਵਾਰ ਵੱਲੋਂ ਇੱਕ ਬੜਾ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਆ, ਪਰ ਅੱਜ ਵੀ ਜਿਹੜੇ ਲੋਕਾਂ ਦੀ ਸੋਚ ਆ ਉਹ ਜਿਹੜੀ ਆ ਉੱਥੇ ਹੀ ਆ ਕਿ ਲੜਕਾ ਲੜੀ 'ਚ ਫਰਕ ਜਿਹੜਾ ਕੀਤਾ ਜਾਂਦਾ ਆ, ਸੋ ਇਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਜਾਂਦਾ ਜਾ ਰਿਹਾ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ, ਕਿੰਨਾ ਕੁ ਜਿਹੜਾ ਆ ਇਹ ਸਕਸੈਸਫੁਲ ਹੋ ਰਿਹਾ? ਇਹ ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ, ਬਹੁਤ ਜ਼ਿਆਦਾ ਸਕਸੈਸਫੁਲ ਹੈ। ਅਸੀਂ ਤਕਰੀਬਨ 11-12 ਸਾਲ ਤੋਂ ਇਹ ਉਪਰਾਲਾ ਜਿਹੜਾ ਆ ਉਹ ਵਿੱਢਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਅਸੀਂ ਇੱਕ ਸਮਾਜਿਕ ਸੱਭਿਆਚਾਰਕ ਇੰਟਰਟੇਨਮੈਂਟ ਈਸਟ ਐਂਡ ਵੈਸਟ ਕੰਪਨੀ ਬਣਾਈ ਸੀਗੀ, ਉਹਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਜਿਹੜੇ ਸੀਗੇ ਉਹ ਸੁਸਾਇਟੀ ਵਾਸਤੇ ਕਰਾਏ ਜਾਂਦੇ ਸੀਗੇ। ਉਸ ਤੋਂ ਬਾਅਦ ਇਹ ਜਿਹੜਾ ਸਮਾਜਿਕ ਕਾਰਜ ਹੈ ਇਹ ਨਵਾਂ ਸ਼ੁਰੂ ਕੀਤਾ ਗਿਆ, 12 ਸਾਲ ਹੋ ਗਏ ਆ। ਇਹਦੇ ਵਿੱਚ ਤਕਰੀਬਨ ਮੇਰੇ ਖਿਆਲ 4-5 ਹਜ਼ਾਰ ਦੇ ਕਰੀਬ ਲੜਕੀਆਂ ਦੀ ਜਿਹੜੀ ਹੁਣ ਤੱਕ ਲੋਹੜੀ ਪਾਈ ਜਾ ਚੁੱਕੀ ਹੈ, ਔਰ 37-38 ਦੇ ਕਰੀਬ ਜਿਹੜੇ ਆ ਉਹ ਬੱਚੇ ਜਿਹੜੇ ਗਰੀਬ ਨੇ ਉਹਨਾਂ ਦੀ ਸ਼ਾਦੀ ਕੀਤੀ ਜਾ ਚੁੱਕੀ ਹੈ। ਮੈਂ ਸਮਝਦਾ ਕਿ ਸੁਸਾਇਟੀ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਉਹ ਸਾਡਾ ਵੱਡਾ ਆਪਣੇ ਪਿੰਦੂ ਜੋਲ ਅਤੇ ਬਾੜਾ ਪਰਿਵਾਰ ਜਿਹੜਾ ਉਹ ਰਲ ਕੇ ਕਰ ਰਹੇ ਨੇ, ਔਰ ਅਸੀਂ ਗਾਂਹ ਤੋਂ ਗਾਂਹ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਵੱਧ ਤੋਂ ਵੱਧ ਜਿਹੜਾ ਕਿ ਇਹਨੂੰ ਵਧੀਆ ਤਰੀਕੇ ਨਾਲ ਕਰ ਸਕੀਏ। ਬਹੁਤ ਵੱਡਾ ਉਪਰਾਲਾ ਜੀ। ਅਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਹੜੇ ਲੋਕ ਅੱਜ ਵੀ ਜਿਹੜਾ ਫਰਕ ਕਰਦੇ ਆ ਕੁੜੀਆਂ ਅਤੇ ਮੁੰਡਿਆਂ ਵਿੱਚ? ਇਹ ਤਾਂ ਬਹੁਤ ਵਧੀਆ ਗੱਲ ਨਹੀਂ ਹੈਗੀ ਜੀ, ਲੜਕੀਆਂ ਤਾਂ ਲੜਕੇ ਜਿਹੜੇ ਇੱਕੋ ਹੀ ਹੈਗੇ ਆ, ਔਰ ਲੜਕੀਆਂ ਜਿਹੜੀਆਂ ਤੁਸੀਂ ਦੇਖੋ ਕਿ ਕਿੱਥੇ ਤੱਕ ਪਹੁੰਚ ਚੁੱਕੀਆਂ ਹੈਗੀਆਂ, ਚੰਦਰਮਾ ਤੱਕ ਜਿੱਥੇ ਕਲਪਨਾ ਚਾਵਲਾ ਪਹੁੰਚ ਚੁੱਕੀ ਹੈਗੀ ਹੈ। ਇੱਦਾਂ ਦਾ ਫਰਕ ਵਾਲੀ ਮੇਰਾ ਖਿਆਲ ਜਿਹੜੀ ਅਜੋਕੀ ਸੁਸਾਇਟੀ ਹੈ, ਨਵਾਂ ਮਾਡਰਨ ਸੁਸਾਇਟੀ ਹੈ, ਉਹਦੇ ਵਿੱਚ ਇੱਦਾਂ ਦੀ ਕੋਈ ਥਾਂ ਨਹੀਂ ਉਹਨਾਂ ਵਾਸਤੇ। ਹਾਂਜੀ ਜੀ। ਸਰ ਤੁਸੀਂ ਬੈਚ ਇੱਥੇ ਲਾਏ ਹੋਏ ਆ, ਇਹਨਾਂ ਦਾ ਇਹ ਕਿਹਦੇ ਵੱਲ ਸੰਕੇਤ ਕਰ ਰਹੀ ਹੈ ਬੈਚ? ਇਹ ਦੇਖੋ ਜੀ, ਬੈਚ ਜਿਹੜਾ ਹੈਗਾ ਸਾਰਾ ਪੰਜਾਬ ਜਿਹੜਾ ਹੈਗਾ ਉਹ ਪਤਾ ਹੀ ਹੈ ਆਪਾਂ ਨੂੰ ਵੀ ਕਿਸਾਨੀ ਚੱਲਿਆ ਹੈਗਾ ਅੰਦੋਲਨ। ਅਸੀਂ ਸਾਰੇ ਇਹ ਆਸ ਕਰਦੇ ਹਾਂ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ, ਅਤੇ ਸਾਡੇ ਕਿਸਾਨ ਵੀਰ ਜਿਹੜੇ ਕਿ ਸਰਹੱਦਾਂ 'ਤੇ ਬੈਠੇ ਆ ਉਹ ਆਪਣੇ ਘਰਾਂ ਨੂੰ ਸੁੱਖ ਸ਼ਾਂਤ ਵਾਪਸ ਆਉਣ। ਧੰਨਵਾਦ ਜੀ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕੰਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।